ਕਿ ਬਾਦਲ ਸੈਂਟਰ ਗਵਰਨਮੈਂਟ ਦੇ ਫਰਾਂ ਦੇ ਥੱਲੇ ਲੁਕੇ ਫਿਰਦੇ ਆ। ਹੁਣ ਰੌਲਾ ਕੀ ਪਾਉਂਦੇ ਆ, ਕਹਿੰਦੇ ਜੀ ਅਸੀਂ CAA ਨਾਗਰਿਕਤਾ ਸੋਧ ਕਾਨੂੰਨ ਜਿਹੜਾ BJP ਨੇ ਉਹ ਦੇਸ਼ ਦੇ ਵਿੱਚ ਲਾਗੂ ਕੀਤਾ, ਇਸ ਕਰਕੇ ਅਸੀਂ ਜਿਹੜਾ ਗੱਠਜੋੜ ਤੋੜਿਆ। ਜੇ ਇਹ ਗੱਲ ਹੈਗੀ ਆ, ਇਸ ਗੱਲ ਕਰਕੇ ਗੱਠਜੋੜ ਤੋੜਿਆ, ਤਾਂ ਫਿਰ ਤੁਰੰਤ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਰਿਜ਼ਾਈਨ ਕਰਨਾ ਚਾਹੀਦਾ। ये टकसाली है, वो गैर टकसाली है, वो अकाली है, वो गैर अकाली है। हम अकालियों के सहारे उनकी डंगोरी को खींचते 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 मुद्दत हो गई। बादला ने गठजोड़ टूटने तो बाद दिल्ली विधानसभा तो अपने आप को अलग कर लिया, मैदान छोड़ के भज्जा है उतो। अकाली दल बादल का मैदान छोड़ के भज्जना अकाली दल की हार का पहला स्टेप है। ਪੰਜਾਬ ਦੇ ਅੰਦਰ ਜਿਹੜੀ ਅਸੈਂਬਲੀ ਆ, ਇਹਤੋਂ ਵੀ ਮਾੜੇ ਹਾਲਾਤ ਪੰਜਾਬ ਦੇ ਲੋਕ ਗਿਣ ਗਿਣ ਕੇ ਬਦਲੇ ਬਾਦਲਾਂ ਤੋਂ ਲੈਣਗੇ। ਪ੍ਰਕਾਸ਼ ਸਿੰਘ ਬਾਦਲ ਨੂੰ ਵੱਧ ਤਾਪ ਚੜ੍ਹ ਜੇ ਨਾ, ਬੁਖਾਰ ਹੋ ਜਾਓ, ਕਹਿੰਦੇ ਮੈਨੂੰ ਕਾਂਗਰਸ ਨੇ ਬੁਖਾਰ ਚੜ੍ਹਾਤਾ, ਮੇਰੇ ਘਰ ਦੇ ਵਿੱਚ ਮਲੇਰੀਆ ਵੀ ਕਾਂਗਰਸ ਨੇ ਛੱਡਿਆ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਵਿੱਚ ਭਾਜਪਾ ਤੇ ਅਕਾਲੀ ਦਲ ਵਿਚਾਲੇ ਗੱਠਜੋੜ ਟੁੱਟਣ ਦੇ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਬੈਂਸ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਸਾਥ ਹੁਣ ਉਹਨਾਂ ਦੀ ਭਾਈਵਾਲ ਪਾਰਟੀ ਨੇ ਵੀ ਛੱਡ ਦਿੱਤਾ ਤੇ ਹੁਣ ਪੰਜਾਬ ਵਿੱਚ ਵੀ ਭਾਜਪਾ ਅਕਾਲੀ ਦਲ ਦਾ ਸਾਥ ਛੱਡਣ ਨੂੰ ਤਿਆਰ ਬਰ ਤਿਆਰ ਹੈ ਅਤੇ ਛੇਤੀ ਹੀ ਉਹ ਇਸ ਦਾ ਐਲਾਨ ਕਰ ਸਕਦੇ ਨੇ। ਗੱਠਜੋੜ ਪੰਜਾਬ ਦੇ ਵਿੱਚ ਵੀ ਟੁੱਟਣਾ ਤੈਅ ਹੈਗੀ ਹੈ ਇਹ ਗੱਲ, ਕਿਉਂਕਿ ਬਾਦਲ ਸੈਂਟਰ ਗਵਰਨਮੈਂਟ ਦੇ ਫਰਾਂ ਦੇ ਥੱਲੇ ਲੁਕੇ ਫਿਰਦੇ ਆ। ਹੁਣ ਰੌਲਾ ਕੀ ਪਾਉਂਦੇ ਆ, ਕਹਿੰਦੇ ਜੀ ਅਸੀਂ CAA ਨਾਗਰਿਕਤਾ ਸੋਧ ਕਾਨੂੰਨ ਜਿਹੜਾ BJP ਨੇ ਉਹ ਦੇਸ਼ ਦੇ ਵਿੱਚ ਲਾਗੂ ਕੀਤਾ, ਇਸ ਕਰਕੇ ਅਸੀਂ ਜਿਹੜਾ ਗੱਠਜੋੜ ਤੋੜਿਆ। ਜੇ ਇਹ ਗੱਲ ਹੈਗੀ ਆ, ਇਸ ਗੱਲ ਕਰਕੇ ਗੱਠਜੋੜ ਤੋੜਿਆ, ਤਾਂ ਫਿਰ ਤੁਰੰਤ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਰਿਜ਼ਾਈਨ ਕਰਨਾ ਚਾਹੀਦਾ, ਕਿਉਂਕਿ ਜਿਹੜਾ ਨਾਗਰਿਕਤਾ ਸੋਧ ਬਿੱਲ ਆ, ਬੀਬੀ ਹਰਸਿਮਰਤ ਕੌਰ ਬਾਦਲ ਉਸੇ ਕੈਬਨਿਟ ਦੇ ਵਿੱਚ ਕੈਬਨਿਟ ਰੈਂਕ ਦੀ ਬਿਜਲੀ ਦਾ ਆਨੰਦ ਮਾਣਦੇ ਆ। ਦੂਜਾ ਨੰਬਰ, ਬਾਦਲਾਂ ਨੇ ਗੱਠਜੋੜ ਟੁੱਟਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ, ਮੈਦਾਨ ਛੱਡ ਕੇ ਭੱਜਿਆ ਹੈ ਉੱਥੋਂ। ਅਕਾਲੀ ਦਲ ਬਾਦਲ ਦਾ ਮੈਦਾਨ ਛੱਡ ਕੇ ਭੱਜਣਾ ਅਕਾਲੀ ਦਲ ਦੀ ਹਾਰ ਦਾ ਪਹਿਲਾ ਸਟੈਪ ਹੈਗਾ ਹੈ। ਵੈਸੇ ਤਾਂ 60 ਤੋਂ ਬਾਅਦ 13 ਤੇ ਆ ਗਏ। ਪੰਜਾਬ ਦੇ ਅੰਦਰ ਜਿਹੜੀ ਅਸੈਂਬਲੀ ਆ, ਇਹਤੋਂ ਵੀ ਮਾੜੇ ਹਾਲਾਤ ਪੰਜਾਬ ਦੇ ਲੋਕ ਗਿਣ ਗਿਣ ਕੇ ਬਦਲੇ ਬਾਦਲਾਂ ਤੋਂ ਲੈਣਗੇ ਕਿ 10 ਸਾਲ ਜਿਹਨਾਂ ਲੋਕਾਂ ਨੇ ਪੰਜਾਬ ਦੇ ਅੰਦਰ ਰੇਤ ਬਜਰੀ ਚਿੱਟਾ ਪੰਜਾਬ ਦੇ ਅੰਦਰ ਟਰਾਂਸਪੋਰਟ ਮਾਫੀਆ ਬਣਾ ਕੇ ਪੰਜਾਬ ਦੀ ਆਰਥਿਕਤਾ ਅਤੇ ਨੌਜਵਾਨੀ ਨੂੰ ਤਬਾਹ ਕੀਤਾ, ਪੰਜਾਬ ਦੇ ਲੋਕ ਵੀ ਕਦੇ ਮਾਫ਼ ਨਹੀਂ ਕਰਨਗੇ। ਸੋ ਦਿੱਲੀ ਦੇ ਵਿੱਚੋਂ ਦੁੰਬ ਦਵਾ ਕੇ ਬਾਦਲਾਂ ਦਾ ਭੱਜਣਾ ਪਹਿਲੀ ਹਾਰ ਬਾਦਲਾਂ। ਉਧਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਦੇ ਆਸਾਰ ਜ਼ਾਹਰ ਕੀਤੇ ਜਾਣ ਦੀ ਗੱਲ ਤੇ ਬੈਂਸ ਨੇ ਕੀ ਕਿਹਾ, ਆਓ ਸੁਣਦੇ ਹਾਂ। ਤੇ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜੇ ਵਾਕਿਆ ਹੀ ਨਾਗਰਿਕਤਾ ਸੋਧ ਬਿੱਲ ਦੇ ਉੱਤੇ ਕਹਿੰਦੇ ਵੀ ਸਾਡਾ ਗੱਠਜੋੜ ਟੁੱਟਿਆ, ਤੇ ਫਿਰ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੇ ਵਿੱਚ ਵਜ਼ੀਰੀ ਦਾ ਉਹ ਛੱਡ ਕੇ ਆਉਣਾ ਨਾ, ਜੇ ਨਾਗਰਿਕਤਾ ਸੋਧ ਬਿੱਲ ਦੇ ਦੋਨੇ ਹੱਥਾਂ 'ਚ ਥੋੜ੍ਹੀ ਲੱਡੂ ਵੀ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਾਕੀ ਬਾਦਲਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਉਹ ਤਾਂ ਭੁਗਤਣ ਬਿੱਲ ਦੇ ਹੱਕ ਦੇ ਵਿੱਚ, ਅਤੇ ਬਾਹਰ ਆ ਕੇ ਜਦੋਂ ਦੇਖਣ ਵੀ ਦੇਸ਼ ਦੇ ਅੰਦਰ ਤਾਂ ਜਿਹੜੇ ਘੱਟ ਗਿਣਤੀ ਮਿਨੋਰਿਟੀਜ਼ ਹੈਗੇ ਉਹ ਸੜਕਾਂ 'ਤੇ ਆ ਗਏ, ਸਟੂਡੈਂਟ ਸੜਕਾਂ 'ਤੇ ਆ ਗਏ, ਅਤੇ ਫਿਰ ਉਹ ਯੂ ਟਰਨ ਮਾਰ ਲੈਣ। ਇਹੀ ਕੁਛ ਪੰਜਾਬ ਵਿਧਾਨ ਸਭਾ ਦੇ ਅੰਦਰ ਅਸੀਂ ਸਵਾਲ ਕੀਤੇ ਆ ਵੀ ਤੁਸੀਂ ਦੋਨੇ ਹੱਥਾਂ 'ਚ ਲੱਡੂ, ਜੇ ਤੁਸੀਂ ਵਾਕਿਆ ਵਿਰੋਧ ਕਰਦੇ ਹੋ ਫਿਰ ਕੈਬਨਿਟ ਰੈਂਕ ਛੱਡ ਕੇ ਰਿਜ਼ਾਈਨ ਕਰਕੇ ਵਾਪਸ ਆਓ। ਇਸ ਦੇ ਨਾਲ ਹੀ ਟਕਸਾਲੀਆਂ ਬਾਰੇ ਪ੍ਰਕਾਸ਼ ਸਿੰਘ ਬਾਦਲ ਦੀ ਟਿੱਪਣੀ ਤੇ ਕੀ ਇਹ ਕਾਂਗਰਸ ਦੀ ਬੀ ਟੀਮ ਹੈ ਤੇ ਇਸ ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬੈਂਸ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਕਾਂਗਰਸ ਦਾ ਫੋਬੀਆ ਤੇ ਜਦੋਂ ਵੀ ਉਹਨਾਂ ਨੂੰ ਬੁਖਾਰ ਵੀ ਹੋ ਜਾਂਦਾ ਹੈ ਤਾਂ ਉਹ ਕਹਿੰਦੇ ਨੇ ਕਿ ਕਾਂਗਰਸ ਨੇ ਕੀਤਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੱਧ ਤਾਪ ਚੜ੍ਹ ਜੇ ਨਾ, ਬੁਖਾਰ ਹੋ ਜਾਓ, ਕਹਿੰਦੇ ਮੈਨੂੰ ਕਾਂਗਰਸ ਨੇ ਬੁਖਾਰ ਚੜ੍ਹਾਤਾ, ਮੇਰੇ ਘਰ ਦੇ ਵਿੱਚ ਮਲੇਰੀਆ ਵੀ ਕਾਂਗਰਸ ਨੇ ਛੱਡਿਆ। ਫੋਬੀਆ ਹੈਗਾ, ਬਾਦਲ ਸਾਹਿਬ ਲੋਕਾਂ ਨੂੰ ਮੂਰਖ ਬਣਾਉਂਦੇ ਆ, ਕਾਂਗਰਸ ਕਾਂਗਰਸ ਦਾ ਰੌਲਾ ਪਾ ਕੇ ਆਪਣੇ ਆਪ ਨੂੰ ਵੱਡੇ ਪੰਥਕ ਮਖੌਟਾ। ਅੱਜ ਉਹ ਲੋਕ ਇਕੱਠੇ ਹੋਏ ਆ ਜਿਹੜੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪਾਰਟੀ ਨੂੰ ਚਲਾਉਣਾ ਮਨ ਦੇ ਅੰਦਰ ਇੱਕ ਇਹ ਭਾਵਨਾ ਲੈ ਕੇ, ਚਾਹੇ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ, ਚਾਹੇ ਪਰਮਿੰਦਰ ਢੀਂਡਸਾ, ਅਸੀਂ ਓਪਨਲੀ ਉਹਨਾਂ ਦੇ ਇਸ ਸਬਜੈਕਟ ਨੂੰ ਸਪੋਰਟ ਕੀਤਾ। ਮੀਟਿੰਗਾਂ ਵੀ ਸਾਡੀਆਂ ਬਹੁਤ ਹੋਈਆਂ, ਐਂਡ ਦਿੱਲੀ ਉਦਣ ਮੇਰਾ ਪ੍ਰੋਗਰਾਮ ਸਾਡੀ ਪੰਚਾਇਤ ਸਾਡੀ ਜ਼ਮੀਨ ਮੋਗਾ ਦੇ ਵਿੱਚ ਸੀ, ਮੈਂ ਜਾ ਨਹੀਂ ਸਕਿਆ, ਐਂਡ ਅਸੀਂ ਸਾਰੇ ਬਹੁਤ ਥੋੜ੍ਹੇ ਦਿਨਾਂ ਤੱਕ ਅਸੀਂ ਸਾਰੇ ਜਿਹੜੇ ਪੰਜਾਬ ਨੂੰ ਚਾਹੁਣ ਵਾਲੇ, ਪੰਜਾਬ ਦੇ ਅੰਦਰ ਉਹ ਕਰਪਸ਼ਨ ਅਤੇ ਲੂਟ ਮਾਫੀਆ ਖਤਮ ਕਰਨ ਵਾਲੇ, ਤੁਹਾਨੂੰ ਇੱਕ ਪਲੇਟਫਾਰਮ 'ਤੇ ਐਂਡ ਬਾਦਲ ਮੁਕਤ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਪੰਜੇ 'ਚੋਂ ਯਾਦ ਕਰਾਉਣ ਵਾਸਤੇ ਇੱਕ ਬਹੁਤ ਵੱਡੀ ਆਉਣ ਵਾਲੇ ਦਿਨਾਂ ਦੇ ਵਿੱਚ
ਗੁੱਡ ਨਿਊਜ਼ ਪੰਜਾਬ ਦੇ ਲੋਕਾਂ ਨੂੰ। ਕੇਂਦਰ ਸਰਕਾਰ ਦੇ ਬਜਟ ਨੂੰ ਲੈ ਕੇ ਵੀ ਬੈਂਸ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਜੁਮਲਿਆਂ ਦੀ ਸਰਕਾਰ ਹੈ ਤੇ ਲੋਕਾਂ ਨੂੰ ਲੁਭਾਉਣੇ ਤੇ ਵਾਅਦੇ ਦੇ ਕੇ ਉਹ ਮੁੜ ਸੱਤਾ ਵਿੱਚ ਆਏ ਨੇ। ਇਸ ਕਰਕੇ ਜੋ ਹਾਲਾਤ ਅੱਜ ਦੇਸ਼ ਦੇ ਨੇ ਉਹ ਕਿਸੇ ਤੋਂ ਲੁਕੇ ਨਹੀਂ ਹਨ। ਇਸ ਕਰਕੇ ਬਜਟ ਤੋਂ ਵੀ ਲੋਕਾਂ ਨੂੰ ਕੋਈ ਖਾਸ ਉਮੀਦ ਨਹੀਂ ਰੱਖਣੀ ਚਾਹੀਦੀ ਹੈ। ਅਸਲ ਦੇ ਵਿੱਚ ਜਿਹੜਾ ਸਾਡਾ ਕੇਂਦਰ ਸਰਕਾਰ ਦਾ ਤਰੀਕਾ ਹੈਗਾ ਨਾ ਵੀ ਲੋਕਾਂ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਕਿਵੇਂ ਹਟਾਉਣਾ, ਉਹ ਚਾਹੇ ਕਦੇ GST ਕਦੇ ਨੋਟਬੰਦੀ ਕਦੇ 370 ਜਿਹੜੀ ਜੰਮੂ ਕਸ਼ਮੀਰ, ਲੋਕਾਂ ਦਾ ਧਿਆਨ ਅਟੈਂਸ਼ਨ ਡਾਈਵਰਟ ਕਰਦੇ। ਹੁਣ 370 ਤੋਂ ਬਾਅਦ ਨਾਗਰਿਕਤਾ ਸੋਧ ਬਿੱਲ ਆ ਗਿਆ, CAA ਆ ਗਿਆ। ਇਹ ਸਾਰੇ ਅਸਲ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਵੱਖ ਵੱਖ ਰਸਤੇ ਲੱਭੇ ਹੋਏ ਇਹਨਾਂ ਨੇ। ਬਜਟ ਆ ਗਵਰਨਮੈਂਟ ਦਾ, ਸੈਂਟਰ ਗਵਰਨਮੈਂਟ ਦਾ ਪਹਿਲਾ ਬਜਟ ਆ, ਸਰਕਾਰ ਰੈਪੀਟੇਸ਼ਨ ਤੋਂ ਬਾਅਦ ਮੋਦੀ ਗਵਰਨਮੈਂਟ ਦਾ ਪਹਿਲਾ ਬਜਟ ਆ। ਕੋਈ ਵਾਲੀ ਉਮੀਦ ਹੈ ਨਹੀਂ ਇਸ ਬਜਟ ਤੋਂ ਲੋਕਾਂ ਦੇ ਉੱਤੇ ਹੋਰ ਟੈਕਸਾਂ ਦਾ ਬੋਝ, ਬਰਡਨ, ਜੈਸੀਆਂ ਕੰਸੋਆਂ 'ਤੇ ਖਬਰਾਂ ਆ ਰਹੀਆਂ ਨੇ। ਲੋਕਾਂ ਨੂੰ ਲਾਈ ਰੱਖੋ ਵੀ ਪਾਕਿਸਤਾਨ, ਲੋਕਾਂ ਨੂੰ ਲਾਈ ਰੱਖੋ ਨਾਗਰਿਕਤਾ ਸੋਧ ਬਿੱਲ, ਨੋਟਬੰਦੀ, GST, ਇੱਧਰ ਨੂੰ ਲੋਕਾਂ ਨੂੰ ਭਰਵਾਈ ਰੱਖੋ ਦੇ ਉੱਤੇ ਟੈਕਸਾਂ ਦਾ ਬਰਡਨ ਲੋਕਾਂ ਦੇ ਉੱਤੇ ਪਾਈ। ਖੈਰ, ਅਕਾਲੀਆਂ ਤੇ BJP ਦੇ ਗੱਠਜੋੜ 'ਚ ਪਈਆਂ ਤਰੇੜਾਂ ਨੂੰ ਲੈ ਕੇ ਵਿਰੋਧੀਆਂ ਵੱਲੋਂ ਇਹਨਾਂ ਤੇ ਤਿੱਖਾ ਪ੍ਰਤੀਕਰਮ ਲਗਾਤਾਰ ਜਾਰੀ ਹੈ ਤੇ ਆਏ ਦਿਨ ਹੀ ਵੱਖੋ ਵੱਖਰੀਆਂ ਪਾਰਟੀਆਂ ਵੱਲੋਂ ਵੱਖੋ ਵੱਖਰੇ ਬਿਆਨ ਲਗਾਤਾਰ ਸਾਹਮਣੇ ਆ ਰਹੇ ਨੇ। ਲੁਧਿਆਣਾ ਤੋਂ ਅਨੁਪਮ ਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ।